ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਫਿਲੌਰ ਵਿਖੇ ਗਾਂਧੀ ਧਾਮ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਐਮਪੀ ਚੌਧਰੀ ਸੰਤੋਖ ਸਿੰਘ ਤੇ ਹਲਕਾ ਇੰਚਾਰਜ ਚੌਧਰੀ ਵਿਕਰਮਜੀਤ ਸਿੰਘ ਨੇ ਗਾਂਧੀ ਧਾਮ ਵਿਖੇ ਜਾ ਕੇ ਮਹਾਤਮਾ ਗਾਂਧੀ ਦੇ ਆਸਥਾਨ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਇਲਾਕੇ ਨਿਵਾਸੀਆਂ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਚੌਧਰੀ ਸੰਤੋਖ ਸਿੰਘ ਨੇ ਗਾਂਧੀ ਧਾਮ ਦੇ ਨਵੀਨੀਕਰਨ ਤੇ ਉਸਾਰੀ ਦਾ ਕੰਮ ਸ਼ੁਰੂ ਕਰਾਇਆ ਤੇ ਉਹਨਾਂ ਕਿਹਾ ਕਿ ਜਲਦੀ ਹੀ ਗਾਂਧੀ ਧਾਮ ਦਾ ਸੁੰਦਰੀਕਰਨ ਹੋ ਜਾਵੇਗਾ ਤੇ ਦੂਰੋਂ ਦੂਰੋਂ ਲੋਕ ਇਸ ਆਸਥਾਨ ਨੂੰ ਵੇਖਣ ਆਇਆ ਕਰਨਗੇ। ਸ਼ਾਨ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੇ ਸਿੰਘ ਨਾਗੀ ਦੀ ਰਿਪੋਰਟ। ਜਯੰਤੀ ਦੇ ਅਵਸਰ ਤੇ ਹਰ ਸਾਲ ਦੀ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਜਦੋਂ ਇੱਥੇ ਆ ਕੇ ਸਾਰੇ ਸਾਡੇ ਸਾਥੀ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਨੇ। ਅੱਜ ਅਸੀਂ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਜੀ ਦੇ ਨਾਲ ਹਰ ਸਾਲ ਦੀ ਤਰ੍ਹਾਂ ਇੱਥੇ ਆਏ ਔਰ ਸਾਡੇ ਬਲੋਕ ਸਮਿਤੀ ਫਲੌਰ ਦੇ ਸਾਡੇ ਚੇਅਰਮੈਨ ਸਾਹਿਬ ਨੇ ਅੱਜ ਜਿਹੜੀ 25 ਲੱਖ ਦੀ ਪਹਿਲੀ ਇੰਸਟਾਲਮੈਂਟ ਇਸ ਸਮਾਰਗ ਨੂੰ ਸੁੰਦਰੀਕਰਨ ਇਹਨਾਂ ਨੂੰ ਸੋਹਣਾ ਬਣਾਉਣ ਵਾਸਤੇ ਜਿਹੜਾ ਅੱਜ ਕੰਮ ਸ਼ੁਰੂ ਕਰਵਾਇਆ, ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਮੈਨੂੰ ਆਸ ਹੈ ਕਿ ਬਹੁਤ ਜਲਦ ਇਸ ਸਮਾਰਗ ਦੀ ਇਸ ਮੈਮੋਰੀਅਲ ਦੀ ਜਿਹੜੀ ਸਥਿਤੀ ਹੈ ਉਹ ਅੱਛੀ ਬਣੇਗੀ ਔਰ ਬਿਹਤਰ ਬਣੇਗੀ ਔਰ ਇਹ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਸਾਡੇ ਇਲਾਕੇ ਵੱਲੋਂ ਮਹਾਤਮਾ ਗਾਂਧੀ ਜੀ ਨੂੰ ਉਹਨਾਂ ਦੇ ਇਸ ਗਾਂਧੀ ਜਯੰਤੀ 'ਤੇ ਸਾਡੀ ਇੱਕ ਛੋਟੀ ਜਿਹੀ ਇੱਕ ਉਪਰਾਲਾ ਹੈ ਔਰ ਮੈਂ ਸਾਰੇ ਆਪਣੇ ਬਲੋਕ ਸਮਿਤੀ ਮੈਂਬਰਸ ਸਾਰੇ ਸਾਡੇ ਇੱਥੇ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਨੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਇਸ ਕੰਮ ਨੂੰ ਮੁਕੰਮਲ ਕਰਨ ਵਾਸਤੇ ਸਾਡਾ ਬਹੁਤ ਸਾਥ ਦੇ ਰਹੇ। ਦੁਕਾਨਾਂ ਢਾਈਆਂ ਕਿਹਨਾਂ ਦੀ ਬੇਟਾ ਜੀ? ਦੁਕਾਨਾਂ ਢਾਉਣ ਦਾ ਜਿਹੜਾ ਕੰਮ ਹੈ ਉਹ ਤਾਂ ਕਮੇਟੀ ਦਾ ਹੁੰਦਾ, ਕਮੇਟੀ ਦੇ ਈਓ ਔਰ ਕਮੇਟੀ ਦੇ ਪ੍ਰਧਾਨ ਦਾ ਹੁੰਦਾ, ਇਹਦਾ ਜਵਾਬ ਇਹ ਤੁਹਾਨੂੰ ਬਿਹਤਰ ਦੇ ਸਕਦੇ ਨੇ। ਉਹ ਚੌਰੀ ਸਾਹਿਬ, ਵੱਡੇ ਚੌਰੀ ਸਾਹਿਬ ਤੁਹਾਡੇ ਮਤਲਬ ਲਾ ਰਹੇ ਵੀ ਤੁਸੀਂ ਧਮਕਾ ਰਹੇ ਉਹਨਾਂ ਨੂੰ ਫੋਨ 'ਤੇ? ਮੈਨੂੰ ਕੋਈ ਪ੍ਰੂਵ ਕਰ ਦੇਵੇ ਕਿ ਮੈਂ ਕਿਸੇ ਨੂੰ ਫੋਨ ਕੀਤਾ ਹੋਵੇ ਜਾਂ ਧਮਕਾਇਆ ਹੋਵੇ, ਠੀਕ ਤਾਂ ਫਿਰ ਉਸ ਤੋਂ ਬਾਅਦ ਗੱਲ ਕਰਾਂ। ਥੈਂਕ ਯੂ। Subscribe now and press the bell icon. Never miss an update.